ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਹਰ ਬਾਪ ਦੀ ਇੱਕ ਇੱਛਾ ਹੁੰਦੀ ਹੈ ਕਿ ਉਹ ਆਪਣੇ ਪੁੱਤਰ ਨੂੰ ਧਨ ਦੌਲਤ ਕਮਾਉਂਦਾ ਵੇਖੇ ਅਤੇ ਉਹ ਦੁਨੀਆ ਦੇ ਵਿੱਚ ਕੋਈ ਨਾਮ ਨਾ ਖੱਟੇ। ਪਰ ਮਹਿਤਾ ਕਲਿਆਣ ਦਾਸ ਜੀ ਦੀ ਇਹ ਆਸ ਪੂਰੀ ਨਹੀਂ ਸੀ ਹੋਈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦਾ ਨਿੱਤ ਦਾ ਨੇਮ ਸੀ ਕੀਰਤਨ ਕਰਨਾ, ਲੋਕਾਈ ਨੂੰ ਸੰਦੇਸ਼ ਦੇਣਾ, ਉਹਨਾਂ ਦੇ ਭਲੇ ਜੀਵਨ ਦੇ ਵਾਸਤੇ ਯਥਾ ਸ਼ਕਤ ਮਦਦ ਕਰਨੀ। ਇਹ ਮਦਦ ਕੇਵਲ ਨਗਰ ਦੇ ਲੋਕਾਂ ਦੀ ਹੀ ਨਹੀਂ ਸਗੋਂ ਆਉਂਦੇ ਜਾਂਦੇ ਰਾਈਆਂ ਦੀ ਵੀ ਕਰਿਆ ਕਰਦੇ ਸਨ। ਮਹਿਤਾ ਕਲਿਆਣ ਦਾਸ ਜੀ ਦੀਆਂ ਇਹ ਆਸਾਂ ਮੁੱਕ ਗਈਆਂ ਸਨ ਕਿ ਉਹਨਾਂ ਦਾ ਪੁੱਤਰ ਕਦੇ ਖੱਟ ਕਮਾ ਕੇ ਦੁਨੀਆਦਾਰਾਂ ਵਾਲਾ ਨਾਮ ਨਾ ਖੱਟੇਗਾ। ਆਖਰ ਦੁਨੀਆ ਵਿੱਚ ਧਨ ਨੂੰ ਹੀ ਤਾਂ ਮਾਣ ਮਿਲਦਾ ਹੈ। ਧਨੀ ਹੀ ਖਾਨਦਾਨੀ, ਧਨੀ ਹੀ ਅਕਲਈਆ, ਧਨੀ ਹੀ ਸ਼ਰੀਫ ਅਤੇ ਇਮਾਨਦਾਰ, ਧਨੀ ਹੀ ਧਰਮੀ ਅਤੇ ਧਨੀ ਹੀ ਦਾਨੀ ਬਣਦਾ ਹੈ। ਗੁਰੂ ਨਾਨਕ ਦੇਵ ਜੀ ਬਾਬਾ ਕਾਲੂ ਜੀ ਦੇ ਮਨੋਂ ਚੜ੍ਹ ਗਏ। ਇਹ ਖਬਰ ਬੀਬੀ ਨਾਨਕੀ ਅਤੇ ਭਾਈ ਜੈ ਰਾਮ ਜੀ ਨੂੰ ਵੀ ਅੱਪੜ ਗਈ। ਭਾਈ ਜੈ ਰਾਮ ਜੀ ਦਾ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਨਾਲ ਬੜਾ ਅਸਰ ਰਸੂਖ ਸੀ। ਉਹਨਾਂ ਨੇ ਨਵਾਬ ਨੂੰ ਪ੍ਰੇਰਿਆ ਕਿ ਨਾਨਕ ਨੂੰ ਆਪਣਾ ਮੋਦੀ ਬਣਾ ਲਏ। ਆਪ ਪੁੱਜ ਕੇ ਇਮਾਨਦਾਰ ਅਤੇ ਮਿਹਨਤੀ ਸਨ। ਸਾਰੇ ਮਹਿਕਮਿਆਂ ਵਿੱਚ ਮਿਹਨਤੀ ਅਤੇ ਇਮਾਨਦਾਰ ਕਰਮਚਾਰੀ ਕਿਤੇ ਭਾਗਾਂ ਨਾਲ ਹੀ ਲੱਭਦੇ ਹੋਣਗੇ। ਸੋ ਨਵਾਬ ਤੁਰੰਤ ਮੰਨ ਗਿਆ। ਭਾਈ ਜੈ ਰਾਮ ਜੀ ਨੇ ਬਾਬਾ ਕਲਿਆਣ ਦਾਸ ਅਤੇ ਗੁਰੂ ਨਾਨਕ ਦੇਵ ਜੀ ਨੂੰ ਸੁਨੇਹਾ ਭੇਜ ਦਿੱਤਾ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਉਮਰ 35 ਸਾਲ 6.5 ਮਹੀਨੇ ਸੀ। ਇੱਕ ਜਨਮ ਸਾਖੀ ਵਾਲਾ ਲਿਖਦਾ ਹੈ, 35 ਬਰਸਾਂ ਕਾ ਰੱਛਿਆ ਸਾਢਿਆਂ ਬਾਹਾਂ ਕਾ ਜਬ ਹੋਆ ਤਬ ਆਏ ਜੈ ਰਾਮ ਕੋ ਮਿਲੇ। ਈਸਵੀ ਸੰਨ ਅਨੁਸਾਰ 30 ਅਕਤੂਬਰ 1504 ਦਾ ਸਮਾਂ ਬਣਦਾ ਹੈ। ਸੁਲਤਾਨਪੁਰ ਕਪੂਰਥਲੇ ਤੋਂ 16 ਮੀਲ ਦੱਖਣ ਪਾਸੇ ਹੈ। 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਫੌਜਦਾਰ ਸੁਲਤਾਨ ਖਾਨ ਲੋਧੀ ਨੇ ਇਹ ਨਗਰ ਵਸਾਇਆ ਸੀ। ਉਸ ਵੇਲੇ ਤੱਕ ਸਤਿਗੁਰੂ ਜੀ ਦੇ ਘਰ ਦੋਵੇਂ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਪੈਦਾ ਹੋ ਚੁੱਕੇ ਸਨ। ਸਿੱਖ ਇਤਿਹਾਸ ਅਨੁਸਾਰ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਅਗਸਤ ਸੰਨ 1494 ਅਤੇ ਬਾਬਾ ਲਖਮੀ ਦਾਸ ਜੀ ਦਾ ਮਾਰਚ 1497 ਨੂੰ ਹੋਇਆ ਸੀ। ਤਲਵੰਡੀ ਤੋਂ ਤੁਰਨ ਲੱਗਿਆਂ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਆਪਣੇ ਨਾਲ ਲੈ ਲਿਆ। ਮਰਦਾਨਾ ਵੀ ਸਤਿਗੁਰੂ ਜੀ ਤੋਂ ਬਿਨਾਂ ਨਹੀਂ ਰਹਿ ਸਕਦਾ ਸੀ। 17-18 ਸਾਲਾਂ ਦੀ ਅੱਤ ਨੇੜੇ ਦੀ ਪ੍ਰੀਤ ਬਣ ਚੁੱਕੀ ਸੀ। ਸਾਥ ਛੱਡਦਾ ਵੀ ਕਿਵੇਂ? ਬਾਕੀ ਲੋਕਾਂ ਦੀਆਂ ਨਜ਼ਰਾਂ ਵਿੱਚ ਮਰਦਾਨਾ ਸਿਰਫ ਇੱਕ ਗਰੀਬ ਮਰਾਸੀ ਹੀ ਸੀ। ਸਾਵੀਂ ਮਨੁੱਖਤਾ ਵਾਲਾ ਸਲੂਕ ਉਸ ਨੂੰ ਸਿਰਫ ਅਤੇ ਸਿਰਫ ਸਤਿਗੁਰੂ ਜੀ ਤੋਂ ਹੀ ਮਿਲ ਰਿਹਾ ਸੀ। ਗੁਰੂ ਸਾਹਿਬ ਪਰਿਵਾਰ ਨੂੰ ਆਪਣੇ ਮਾਤਾ ਪਿਤਾ ਪਾਸ ਹੀ ਛੱਡ ਆਏ। ਬਾਬਾ ਸ਼੍ਰੀ ਚੰਦ ਜੀ ਦੀ ਉਮਰ ਉਸ ਵੇਲੇ 10 ਸਾਲਾਂ ਦੀ ਸੀ ਅਤੇ ਬਾਬਾ ਲਖਮੀ ਦਾਸ ਜੀ ਦੀ 7 ਸਾਲਾਂ ਦੀ। ਉਸ ਸਮੇਂ ਕਿਸਾਨ ਲੋਕ ਸਰਕਾਰੀ ਮਾਮਲਾ ਆਮ ਤੌਰ 'ਤੇ ਜਿਨਸ ਵਿੱਚ ਦਿਆ ਕਰਦੇ ਸਨ। ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦਾ ਬਹੁਤਾ ਹਿੱਸਾ ਇਸੇ ਜਿਨਸ ਵਿੱਚੋਂ ਹੀ ਮਿਲਦਾ ਸੀ। ਮੁਲਾਜ਼ਮਾਂ ਨੂੰ ਇਹ ਜਿਨਸ ਤੋਲ ਕੇ ਦੇਣੀ ਦਿਵਾਣੀ ਮੋਦੀ ਦੀ ਜ਼ਿੰਮੇਵਾਰੀ ਹੁੰਦੀ ਸੀ। ਵੱਧ ਰਹੀ ਜਿਨਸ ਵੇਚ ਕੇ ਰੁਪਈਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਸੀ। ਸਾਰਾ ਸਰਕਾਰੀ ਕੰਮਕਾਰ ਇਸੇ ਮਹਿਕਮੇ ਦੇ ਆਸਰੇ ਸੀ। ਮੋਦੀ ਦਾ ਅਹੁਦਾ ਬਹੁਤ ਵੱਡੀ ਜ਼ਿੰਮੇਵਾਰੀ ਦਾ ਸੀ। ਇਸ ਅਹੁਦੇ ਉੱਤੇ ਕਿਸੇ ਮੰਨੇ ਪਰਮੰਨੇ ਇਮਾਨਦਾਰ ਆਦਮੀ ਦੀ ਲੋੜ ਹੁੰਦੀ ਸੀ, ਜੋ ਨਾ ਸਰਕਾਰ ਨਾਲ ਅਤੇ ਨਾ ਹੀ ਮੁਲਾਜ਼ਮਾਂ ਅਤੇ ਹੋਰ ਗਾਹਕਾਂ ਨਾਲ ਘੱਟ ਵੱਧ ਤੋਲਣ ਦੀ ਠੱਗੀ ਕਰੇ। ਨਵਾਬ ਦੌਲਤ ਖਾਂ ਨੇ ਭਾਈ ਜੈ ਰਾਮ ਜੀ ਦੀ ਸਿਫਾਰਿਸ਼ 'ਤੇ ਗੁਰੂ ਨਾਨਕ ਦੇਵ ਜੀ ਨੂੰ ਮੋਦੀ ਦੇ ਅਹੁਦੇ 'ਤੇ ਰੱਖ ਲਿਆ। ਸੰਨ 1504 ਦੇ ਨਵੰਬਰ ਦਾ ਮਹੀਨਾ ਸ਼ੁਰੂ ਹੋਇਆ। ਜਿਵੇਂ ਤਲਵੰਡੀ ਵਿੱਚ ਰਹਿੰਦਿਆਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਨਾਲ ਮਿਲ ਕੇ ਅੰਮ੍ਰਿਤ ਵੇਲੇ ਤੋਂ ਦਿਨ ਚੜ੍ਹੇ ਤੱਕ ਕੀਰਤਨ ਕਰਦੇ ਸਨ ਅਤੇ ਤੀਜੇ ਚੌਥੇ ਪਹਿਰ ਰਾਤ ਨੂੰ ਸੌਣ ਤੋਂ ਪਹਿਲਾਂ ਫਿਰ ਕੀਰਤਨ ਦਾ ਆਹਰ ਰੱਖਦੇ ਸਨ, ਉਸੇ ਤਰ੍ਹਾਂ ਸੁਲਤਾਨਪੁਰ ਜਾ ਕੇ ਵੀ
अकाल पुरख की सिफत सलाह वाली ये कार जारी रही। वेई नदी सुल्तानपुर के कोलों की वगदी सी। वेई नाम दियां नदियां दो हन, काली वेई ते चिट्टी वेई। काली वेई जिला हुशियारपुर की तहसील दसूहा पिंड टेरके आना छंभ विचों निकल के पुरानी रियासत कपूरथले के इलाके विचों लंघती हुई सुल्तानपुरों अगां जा के सतलुज विच हरी के पत्तन तो 10 मील उपरले पासे मिल जाती है। गुरु साहिब सवा पहर रात रहिंदी उठ के काली वेई विच इशनान करदे अते फिर भाई मरदाने नाल रल के कीर्तन विच जुड़दे सन। इत्थे भी कई सतसंगी बन गए। दिनों दिन सतसंग रौनक फड़दा गया। इत्थे सतसंग दी बरकत नाल पिंड मैल सिंहां दे लंबड़दार भाई भगीरथ ने दुर्गा दी पूजा छड़ के सिख धर्म ग्रहण कर लिया। गुरु नानक देव जी दे सिखां विच्चों ये एक बड़ा श्रद्धालु सिख होया है। जिस किसी नूं कदे कचहरियां जां माल दे महकमे वालियां नाल वाह पिया है वह जानता है कि इन्नी थाई रिश्वत आदिक का बड़ा जोर हुंदा है। कोई विरला ही हुंदा है जो बुराई तो बचिया रहे। ईमानदार मनुख निरी मायक आमदन नूं ही लत नहीं मारदा, उसनूं अनेकां विरोधियां नाल भी टाकरा करना पैंदा है। रिश्वतखोर कर्मचारी अपने अपने महकमे विच्चों ईमानदार मुलाजमां दा कंडा किसे ना किसे तरीके नाल कढ़न दा यतन करदे रहिंदे हन। रिश्वत देण दिवाण वालियां नूं भी ईमानदार मुलाजम पसंद नहीं आउंदा, क्योंकि उन्हां दे कई योग अयोग कम रुक जांदे हन। पर आम जनता नूं ईमानदार मुलाजम बड़ा प्यारा लगदा हुंदा है। गुरु नानक देव जी बारे जन्म साखी वाला लिखता है, ऐसा काम करन जो सब कोई खुशी होवे, सब लोग आखन जो वाह वाह कोई भला है, सब को खान आगे सुपारिश करे, खान बहुत खुशी होवा। तलवंडी वांग इत्थे भी अपनी कमाई विच्चों गुरु नानक साहब जी खुले दिल गरीबां लोड़वंदां दी मदद करदे रहे। सिख इतिहास ने वनगी वजों एक साखी का जिक्र किया है। यह सुन के नवाब दा मोदी गरीबां नाल बड़ा दर्द वंडदा है। एक गरीब ब्राह्मण ने आके बेनती की कि मेरी जवान लड़की व्याहुण योग हो गई है, पर मेरे पल्ले कुछ नहीं। व्याह विच जो जो कुछ चाहिदा सी गुरु नानक देव जी ने उसकी सूची तैयार कराई। कुछ सामान ऐसा सी जिस दे खरीदण लई लाहौर जाण दी लोड़ पैणी सी। सुल्तानपुर दा बहुता वणज व्यापार लाहौर नाल ही हुंदा सी। सुल्तानपुर दे राजसी संबंध लाहौर नाल सन। लाहौर दा गवर्नर उस समय तातार खान लोधी सी। नवाब दौलत खान दा प्यो लगदा सी। गुरु नानक देव जी ने भगीरथ नूं गरीब ब्राह्मण दी लड़की दे व्याह दी समगरी खरीदण लई लाहौर भेजिया, जो उत्थों दे एक व्यापारी मनसुख नूं जाके मिलिया। इस साखी नूं इतिहास अंदर दीवे तों दीवा कह के वड्याया गया है। मनसुख नूं भाई भागीरथ दे जीवन विच कोई ऐसी सुआदली खिच जापी कि उस पासों गुरु नानक साहब जी दी शोभा वड्याई सुन के वह भी उस दे नाल ही सतगुर जी दे दर्शन करन लई सुल्तानपुर आ गया। पहलां उस दे मन विच इह गंढ बज्जी होई सी कि सब संतां साधां ने ठगी ही चलाई होई है, सच्चाई किते भी नहीं। पर गुरु नानक साहब जी दी रोज़ाना जीवन मर्यादा रहनी बहनी किरतकार अते गरीब परवरी वेख के मनसुख दा मन पतीज गया। कुछ समां सुल्तानपुर रह के सतसंग विच सिक्खी जीवन दा रस्ता दृढ़ करके सतगुर जी दी आग्या अनुसार मुड़ अपने कार विहार विच जा लगा। मनसुख व्यापार दा काम करदा सी अते दूर दूर दे शहरां ते देशां विच इस दा आउण जाण सी। सिख इतिहास अनुसार मनसुख सिंगला दीप भी जाया करदा सी। कुदरत दा नियम है, किसे दे उच्चे जीवन तो ही नवां सुचज्जा जीवन बनता है। मनसुख कई वारी व्यापार दे संबंध विच सिंगला दीप जा चुकिया सी। अनेकां व्यापारी ते लंका निवासी उस दे जाणू पछाणू बन चुके हुए सन।
सिंगला दीप दे एक राजे शिवनाभ नाल भी उसकी डूंगी सांझ बन गई सी। गुरु नानक साहब जी तो नवा जीवन लैके जदों मनसुख सिंगला दीप गया तां उसदे पुराने जाणू पछाणु उसकी नवी रहनी बहनी उसदे नवें सुभा उसदे नवें सुचे वणज वपार नूं तक के बड़े हैरान होए। कई संघाली लोग सतसंग दे आसरे गुरु नानक साहब जी दे नाम डेवा बने। राजा शिवनाभ भी गुरु चरणा दा भौरा बन गया। मनसुख तकरीबन सन 1506-07 दे विचाले सिंगला दीप गया सी। सुल्तानपुर विच कुछ दिन सतगुरु जी ने रोटी दा प्रबंध वड्डी भैण बेबे नानकी जी दे घर ही रखिया। फिर अपने परिवार नूं तलवंडी तों मंगा लिया। सतसंग दे वधन नाल कई सतसंगियां नूं अते दूरों नेड़ियों आए लोड़वंदा नूं प्रसाद छकाउणा गुरु नानक देव जी दी नित दी कार सी। इतने काम दा भार बहुता चिर वह अपनी भैण दे उत्ते नहीं सन पाउणा चाहुंदे। सतगुरु जी दे माता पिता तलवंडी ही रहे। थोड़े ही महीनिया विच गुरु नानक साहिब जी दी खुल दिली अते गरीब परवरी दी शोभा चुफेरे दूर दूर तक खिलर गई सी। नवाब दौलत खां दे रिश्वत खौर कर्मचारियां ने उस दे कान भरने आरंभ कर दिते कि नवा मोदी सरकारी मोदी खाना लुटाई जा रहा है। ये चुगलियां सुन के नवाब नूं कई वारी हौल भी पैंदे सन, पर जदों ओ गुरु नानक साहब जी दे उच्चे सुचे जीवन नूं वेखदा सी तां उसदा मन खलो जांदा। इस तरह एक साल लंघ गया। लेखा होण उत्ते नवाब दी तसल्ली हो गई। चुगलियां तां दूजे साल भी हुंदियां रहियां, पर हुण नवाब दा मन पती चुका सी। फिर भी उसनूं इउं जापदा रहिंदा सी कि गुरु नानक साहब जी दा मन दुनियादारां वांग कम विच गड्डिया होया नहीं है। इस तरह ही पौने 3 साल सतगुरु जी नूं मोदी खाने दी कार करदिआं लंघ गए सन। जिहड़ा भी मनुख सतगुरु जी पास जिनस लैण आउंदा उह सतगुर दे मिठड़े सुभा अते जिनस दे पूरे तोल नूं वेख के सतगुर दा दीवाना बन जांदा। गुरु साहिब नूं भी तनखाह दे रूप विच जिनस अते कुझ रुपये मिलदे, पर जो कुछ भी मिलता वह लोड़वंदा अते सतसंगियां दे विच वंड देंदे। इन्ना ईमानदार खुले दिल वाला अते निर्मल जीवन जीवन वाला मोदी सुल्तानपुर दे लोकां ने पहली बार तकिया सी। इसे करके भ्रिष्ट ते कामचोर कर्मचारी वार वार दौलत खां दे कन भरन दा काम करदे, पर जदों भी लेखा जोखा हुंदा तां हिसाब विच कदे भी किसी प्रकार की कोई वाध घाट ना हुंदी। सतगुरु जी ने सभना नूं सेवा सिमरन दा सिधांत अते उच्चा सुच्चा निर्मल जीवन जीवन वास्ते संदेश दिता। इस सतसंगत विच सतगुरु जी दे पुत्र पत्नी सुलखणी जी अते भैण बेबे नानकी भी वध चढ़ के तनो मनो हिस्सा पाउंदे। सतसंगत दा दायरा बहुत वड्डा हो गया सी। आले दुआले दे पिंडां दे लोक साख संबंधी भी जिथे किते भी गुरु नानक साहिब जी दी महान शख्सियत दा जिक्र सुणदे तां लोक आप मुहारे सतगुर सच्चे पातशाह जी दे दर्शन करन अते सतसंगत करन दौड़े आउंदे। इस सतसंगत विच जिथे आम लोकां दा दायरा वड्डा हो गया सी, उत्थे दूर दरेडे तों आउंदे साधु संत कई कई दिन अपना टिकाणा सुल्तानपुर विखे करदे। बेईमान ते ठगियां मारन वाले लोग एक बार ही सतगुरु जी दे मुस्कुराउंदे होए चेहरे ते दर्शन करदे अते मिठे बचन बिलास सुणदे तां एक बार विच ही उहनां दा जीवन बदल जांदा। सो इस तरह बहुते ठगां अते चोरां ने भी धर्म दी किरत करनी आरंभ कर दित्ती सी। जिथे वडेरी उम्र दे लोग सतसंगी बनदे उत्थे छोटी छोटी उम्र दे बच्चे भी सतसंगी बन लग पए अते सेवा सिमरन दे सिधांत नूं समझण लग पए सन। वाहिगुरु जी का खालसा, वाहिगुरु जी की फतेह।